ਕਿਉਂਕਿ ਜ਼ਿੰਦਗੀ ਦੇ ਵਿੱਚ ਜੋ ਸਿੱਖਿਆ ਉਹਦੇ ਉੱਤੇ ਥੋੜ੍ਹੀਆਂ ਗੱਲਾਂ 'ਤੇ ਆਪਾਂ ਨਾ ਆਪਣੇ ਆਪ ਨੂੰ ਢਾਲ ਲਈਏ ਨਾ, ਅਤੇ ਜਿਵੇਂ ਇੱਕ ਗੁਰਬਾਣੀ ਦੀ ਤੁੱਕ ਆ ਵੀ ਸਤਿਗੁਰ ਨੂੰ ਸਭ ਕੁਝ ਵੇਖਦਾ ਜੇਤਾ ਜਗਤ ਸੰਸਾਰ, ਅਤੇ ਡਿੱਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਇਹ ਕਰਕੇ ਇਹ ਜਿਹੜੀ ਭਾਜੀ ਹੋਣਾਂ ਨੇ ਗੱਲ ਦੱਸੀ ਹੈ ਨਾ, ਵਿਚਾਰ ਆਪਾਂ ਕਰਨੀ ਕਿਉਂਕਿ ਸਟੱਡੀ ਦੇ ਨਾਲ ਇਹ ਵੀ ਜ਼ਰੂਰੀ ਆ। ਭਾਵੇਂ ਰੋਜ਼ਾਨਾ 10 ਮਿੰਟ ਜਾਂ 15 ਮਿੰਟ, ਮੈਂ ਕਈ ਵਾਰ ਵੇਖਿਆ ਕਈਆਂ ਦੀ ਜਿਹੜੀ ਹੈਗੀ ਹੈ ਨਾ, ਤੁਹਾਡੀਆਂ ਤੁਹਾਡੇ ਪੇਰੈਂਟਸ ਮੰਮੀਆਂ ਤੁਹਾਡੀਆਂ, ਉਹ ਘਰ ਦਾ ਕੰਮ ਮੁਕਾ ਕੇ ਉਹਨਾਂ ਨੇ ਸਹਿਜ ਪਾਠ ਰੱਖੇ ਆ। ਬੜੇ ਘਰਾਂ 'ਚ ਮੈਂ ਜਾਂਦਾ ਵਾਂ, ਅਤੇ ਉਹ ਕੀ ਕਰਦੀਆਂ, ਰੋਜ਼ ਦਾ ਇੱਕ ਪੇਜ ਆਪਾਂ ਪੰਨਾ ਜਾਂ 2 ਪੰਨੇ, ਜ਼ਿਆਦਾ ਨਹੀਂ ਕੋਈ ਗੱਲ ਨਹੀਂ, ਭਾਵੇਂ ਉਹ ਉਹਨਾਂ ਹੀ ਵੇਖੋ ਬੜੇ ਪ੍ਰੇਮ ਸਤਿਕਾਰ ਨਾਲ ਪੜ੍ਹਦੀਆਂ ਵਾਂ। ਮੈਂ 5-4 ਘਰਾਂ 'ਚ ਗਿਆ, ਮੈਨੂੰ ਬੜਾ ਚੰਗਾ ਲੱਗਾ ਵਾ, ਕਿਉਂਕਿ ਉਹ ਮੈਂ ਜਦੋਂ ਵੇਖਿਆ ਨਾ ਉਹ ਸ਼ਬਦਾਂ ਦੇ, ਫਿਰ ਗਾੜੀ ਉਹਨਾਂ ਦੇ ਅਰਥ ਨਾਲ ਲਿਖਿਆ ਜੀ, ਉਹ ਅਰਥ ਵੀ ਨਾਲ ਸਮਝਦੀਆਂ, ਫਿਰ ਜਦੋਂ ਗੁਰਬਾਣੀ ਕੋਈ ਪੜ੍ਹਦਾ ਫਿਰ ਬੜੇ ਪ੍ਰੇਮ ਸਤਿਕਾਰ ਨਾਲ ਸੁਣਦੀਆਂ ਉਹ। ਮੈਂ 4-5 ਤੁਹਾਡੇ ਆਪਣੇ ਏਰੀਏ ਲਾਗੇ ਲਾਗੇ ਮੈਂ ਵੇਖਿਆ, ਬਹੁਤ ਚੰਗੀ ਗੱਲ। ਇਸੇ ਕਰਕੇ ਜੋ ਭਾਜੀ ਹੋਣਾ ਤੁਹਾਨੂੰ ਕਿਹਾ, ਜੋ ਗੱਲਾਂ ਤੁਹਾਨੂੰ ਦੱਸੀਆਂ ਵਾ, ਉਹਨਾਂ ਨੂੰ ਤੁਸੀਂ ਘਰ ਜਾ ਕੇ ਆਪਣੀ ਕਾਪੀ ਦੇ ਉੱਪਰ ਆਪਣੇ ਸਕੂਲ ਦਾ ਨਾਂ ਲਿਖ ਕੇ ਥੱਲੇ ਲਿਖਣਾ ਵਾ, ਅਤੇ ਇਹ ਇਸੇ ਤਰ੍ਹਾਂ ਹੀ ਜਿਹੜਾ ਤੁਹਾਡਾ ਮਨ ਜਿਹੜਾ ਨਾ ਬਣਿਆ ਰਹੇ, ਨਹੀਂ ਵੀ ਅੱਜ ਲਿਖ ਲਿਆ ਕੱਲ੍ਹ ਨੂੰ ਨਾਂ ਲਿਖਿਆ, ਅਤੇ ਇਹ ਜਿਹਨਾਂ ਜਿਹਨਾਂ ਨੇ ਸਹਿਜ ਪਾਠ ਕਰਨਾ ਪ੍ਰੇਮ ਨਾਲ ਕਰੋ, ਕਿਉਂਕਿ ਗੁਰਬਾਣੀ ਆ, ਅਤੇ ਜਿੰਨੀ ਗੁਰਬਾਣੀ ਪੜ੍ਹਾਂਗੇ ਨਾ, ਇਹ ਇੱਕ ਤੁਸੀਂ, ਮੈਂ ਤੁਹਾਨੂੰ ਦੱਸਾਂ, ਮੈਂ ਭਾਜੀ ਹੁਣ ਭਾਵੇਂ ਕਹਿਣ, ਚਲੋ ਮੈਂ ਮਾਂ ਨਹੀਂ ਕਰਦਾ, ਹੱਥ ਲਿਖਤ ਸਰੂਪ ਹੁੰਦੇ ਨਾ, ਹੱਥ ਲਿਖਤ ਜਿੱਥੇ ਗੁਰਬਾਣੀ ਆਪਾਂ ਹਰਿਮੰਦਰ ਸਾਹਿਬ ਜਾਈਏ, ਬਹੁਤ ਵੱਡਾ ਸਰੂਪ ਆ ਉੱਥੇ, ਇੱਕ ਜਿਹਨਾਂ ਨੇ ਵੇਖਿਆ ਹੋਊਗਾ, ਤੁਹਾਡੇ ਪੇਰੈਂਟਸ ਨੇ ਤੁਹਾਨੂੰ ਕਿਤੇ ਮੌਕਾ ਬਣਿਆ ਤੁਹਾਨੂੰ ਖਾ ਕੇ ਲਿਆਵਾਂਗੇ, ਹਰ ਕੀ ਪੌੜੀ ਦੇ ਉੱਪਰ ਉਹ ਸਾਰੇ ਜਿਹੜੀਆਂ ਆਪਣੇ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਜੀ, ਉੱਥੇ ਜਿੰਨੇ ਵੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਆਏ ਨੇ, ਸਾਰਿਆਂ 'ਤੇ ਪਾਠ ਨਹੀਂ ਕਈ ਕਰ ਸਕਦੇ, ਕਈ ਪਾਠ ਹੀ ਨਹੀਂ ਕਰ ਸਕਦੇ, ਲੇਕਿਨ ਇਹ ਮਹਾਰਾਜ ਦੀ ਕਿਰਪਾ ਆਪਣੇ 'ਤੇ, ਸੰਗਲੀ ਪੀੜ ਜਾਂ ਆਪਾਂ ਜਿਹੜੀ ਹੈਗੀ ਆ ਲੜੀਵਾਰ ਸਰੂਪ, ਉਹਦੇ ਉੱਤੇ ਵੀ ਆਪਾਂ, ਮੈਂ ਗੁਰਬਾਣੀ ਜਿਹੜੀ ਆ ਬੜੇ ਚੜ੍ਹਦੀ ਕਲਾ ਨਾਲ, ਸਿੰਘ ਸਾਹਿਬਾਨ ਜਿਹੜੀ ਜਦੋਂ ਵੀ ਕਿਤੇ ਆਉਣ ਮੈਂ ਉਹ, ਫਿਰ ਚਲੋ ਕਿਉਂ, ਕਿਉਂਕਿ ਮੈਨੂੰ ਸ਼ੌਂਕ ਸੀ ਜਦੋਂ ਮੈਂ ਤੁਹਾਡੇ ਜਿੱਡਾ ਹਾਂ, ਉਹ ਮੈਂ ਸਿੱਖੀ ਨਹੀਂ ਕਿਸੇ ਕੋਲੋਂ, ਜਾਂ ਜਿਵੇਂ ਆਪਣੇ ਪਿੰਡਾਂ ਜਾ ਕੇ ਸਿੱਖਦੇ ਆ ਨਾ, ਕਿਸੇ ਕੋਲ ਨਹੀਂ ਸਿੱਖਿਆ ਜਾ ਕੇ, ਅਤੇ ਬੜੀ ਮਹਾਰਾਜ ਦੀ ਕਿਰਪਾ, ਤੁਸੀਂ ਵੀ ਅੱਜ ਮਨ ਬਣਾ ਲਓਗੇ ਨਾ, ਅਤੇ ਬੜੀ ਚੰਗੀ ਗੱਲ ਆ, ਕਿਉਂਕਿ ਪੜ੍ਹਾਈ ਦੇ ਨਾਲ ਇਹ ਖੁਰਾਕ ਐਸੀ ਆ, ਰੂਹ ਦੀ ਖੁਰਾਕ ਇਹ ਜਿਹੜੀ ਗੁਰਬਾਣੀ ਆ, ਅਤੇ ਸਾਰਿਆਂ ਨੇ ਜੋ ਭਾਜੀ ਹੋਣਾ ਦੱਸਿਆ ਉਹ ਵਿਚਾਰ ਤੁਸੀਂ ਲਿਖਣੇ ਆ, ਸਕੂਲ ਦਾ ਨਾਂ ਲਿਖ ਕੇ ਤੁਹਾਨੂੰ ਬੁੱਕਸ ਵੀ ਇਹਨਾਂ ਨੂੰ ਜਿਹੜੀਆਂ, ਵੇਖੋ ਕਿੱਡੀ ਤਕੜੀ ਗੱਲ ਆ, ਕਿਉਂਕਿ ਜਿਹੜੇ ਭਾਜੀ ਹੋਣੀ ਜਿਵੇਂ ਬੈਠੇ ਆ ਨਾ ਬਾਹਰ ਕਈ, ਉਹਨਾਂ ਦਾ ਵੇਖੋ ਹੁਣ ਅਮੈਰੀਕਾ 'ਚ ਬੈਠੇ, ਕਨੇਡਾ 'ਚ ਬੈਠੇ ਆ, ਉਹਨਾਂ ਦਾ ਮਨ ਕਰਦਾ ਵੀ ਸਾਡੇ ਪੰਜਾਬ ਦੇ ਬੱਚੇ ਨਸ਼ਿਆਂ ਤੋਂ ਉੱਭਰ ਕੇ ਬਚ ਕੇ ਚੰਗੇ ਪਾਸੇ ਲੱਗ ਜਾਣ, ਨਹੀਂ ਤਾਂ ਵੇਖੋ ਤੁਹਾਡਾ ਕਦੀ ਤੁਹਾਡੇ ਘਰਾਂ 'ਚ ਕੋਈ ਆਉਂਦਾ, ਕਦੀ 10-20 ਰੁਪਏ ਆਪਾਂ ਦਿੰਦੇ ਕਿਸੇ ਨੂੰ, ਨਹੀਂ ਦਿੰਦੇ। ਵੇਖੋ ਅਮੈਰੀਕਾ ਦੇ ਵਿੱਚ ਆਪਣੀ ਕਿਰਤ ਕਮਾਈ ਦੇ ਵਿੱਚੋਂ ਥੋੜ੍ਹੇ ਥੋੜ੍ਹੇ ਪੈਸੇ ਕੱਢਦੇ ਆ, ਅਤੇ ਉਹ ਥੋੜ੍ਹੇ ਥੋੜ੍ਹੇ ਪੈਸੇ ਕੱਢ ਕੇ ਅਤੇ ਚੰਗੇ ਪਾਸੇ ਲਾਉਂਦੇ ਆ, ਨਹੀਂ ਤਾਂ ਉਹਨਾਂ ਨੂੰ ਕੀ ਜ਼ਰੂਰਤ ਆ, ਉਹਨਾਂ ਦੇ ਬੱਚੇ ਹੈਗੇ ਆ ਵੀ ਅਸੀਂ ਆਪਣੇ ਬੱਚਿਆਂ ਦੇ ਨਾਲ ਜਮ੍ਹਾਂ ਕਰਾਈਏ, ਜਿੱਦਾਂ ਤੁਹਾਡੇ ਪੇਰੈਂਟਸਾਂ ਨੇ ਬੈਂਕ ਬੈਲੈਂਸ ਬਣੇ ਆ ਨਾ, ਆਪਾਂ ਨੂੰ ਵੇਖੋ ਕਣਕ ਵੱਢੀ ਆ ਪੈਸੇ, ਬੱਚੇ ਜਿਹੜੇ ਆਪਾਂ ਬੈਂਕ ਜਮ੍ਹਾਂ ਕਰਵਾ ਦਿੰਦੇ ਹਾਂ, ਉਹਨਾਂ ਦਾ ਜੀ ਕਰਦਾ ਕਰਵਾ ਦਈਏ, ਪਰ ਨਹੀਂ ਉਹ ਕੀ ਕਰਦੇ ਆ, ਉਹਨਾਂ ਨੇ ਗੋਲਕਾਂ ਲਾਈਆਂ ਆਪਣੀ ਕਿਰਤ ਕਮਾਈ ਦੇ ਵਿੱਚੋਂ, ਲੇਕਿਨ ਉਹ ਇਹ ਵਿਚਾਰ ਬਣਿਆ ਕਿਵੇਂ, ਗੁਰਬਾਣੀ ਪੜ੍ਹ ਕੇ। ਜਦੋਂ ਤੁਸੀਂ ਗੁਰਬਾਣੀ ਪੜ੍ਹੋਗੇ ਨਾ, ਅਤੇ ਤੁਸੀਂ ਕੱਲ੍ਹ ਨੂੰ ਕਿਰਤ ਕਮਾਈ ਕਰੋਗੇ, ਭਾਵੇਂ 5 ਰੁਪਈਏ ਭਾਵੇਂ 2 ਰੁਪਈਏ ਕੱਢਿਆ ਕਰੋਗੇ। ਇਸ ਕਰਕੇ ਇਹ ਜਿੰਨੀਆਂ ਭਾਜੀ ਹੋਣਾਂ ਗੱਲਾਂ ਦੱਸੀਆਂ, ਇਹਨਾਂ ਨੂੰ ਤੁਸੀਂ ਬੜੇ ਚੰਗੇ ਤਰੀਕੇ ਦੇ ਨਾਲ ਲਿਖ ਕੇ ਆਪਣੇ ਜੀਵਨ 'ਚ ਵੀ ਢਾਲਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।